ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੂਬਰਡ ਟ੍ਰੀਵੋ। ਅੱਜ ਆਪਾਂ ਤੁਹਾਡੇ ਨਾਲ ਜੋ ਸ਼ੇਅਰ ਕਰਨ ਲੱਗੇ ਹਾਂ, ਕੈਨੇਡਾ ਦੇ ਟੂਰਿਸਟ ਵੀਜ਼ਾ ਜੋ ਰੀਸੈਂਟ ਦੇ ਵਿੱਚ ਸਾਡੇ ਅਪਰੂਵ ਹੋ ਕੇ ਆਏ ਨੇ। ਇੰਸਟਾਗ੍ਰਾਮ 'ਤੇ ਤੁਸੀਂ ਇਹਨਾਂ ਦੇ ਵੀਡੀਓ ਵੀ ਦੇਖੀ ਹੋਏਗੀ, ਉੱਥੇ ਵੀ ਅਸੀਂ ਇਹਦੇ ਬਾਰੇ ਡਿਟੇਲ ਦਿੱਤੀ ਹੋਈ ਹੈ। ਅਤੇ ਅਤੇ ਇਹ ਟੂਰਿਸਟ ਵੀਜ਼ਾ ਨੇ ਜੋ ਹੋਟਲ ਬੁਕਿੰਗ 'ਤੇ ਅਪਲਾਈ ਹੋਏ ਸੀ, ਜਿਨ੍ਹਾਂ ਨੂੰ ਹੁਣ ਵੀਜ਼ਾ ਮਿਲਿਆ। ਅਤੇ ਕੈਨੇਡਾ ਦਾ ਜਿਹੜਾ ਰੀਸੈਂਟ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਹੈ। ਅਤੇ ਕਾਫ਼ੀ ਵਧੀਆ ਜਿਹੜੇ ਰਿਜ਼ਲਟ ਨੇ ਕੈਨੇਡਾ ਤੋਂ ਆ ਰਹੇ ਨੇ। ਕੈਨੇਡਾ ਦਾ ਕਾਫ਼ੀ ਦਿਨ ਤੋਂ ਚੱਲ ਰਿਹਾ ਸੀਗਾ ਕਿ ਕੈਨੇਡਾ ਦੇ ਜਿਹੜੇ ਵੀਜ਼ਾ ਰਿਜ਼ਲਟ 'ਤੇ ਫਰਕ ਪੈਣ ਵਾਲਾ। ਕੈਨੇਡਾ ਦੇ ਵੀਜ਼ਾ ਰਿਜ਼ਲਟ 'ਤੇ ਫਰਕ ਕੋਈ ਨਹੀਂ ਪੈਣ ਵਾਲਾ। ਤੁਸੀਂ ਗੱਲ ਯਾਦ ਰੱਖੋ, ਜੋ ਅਪਡੇਟ ਹੈ ਉਹਦੇ ਅਕੋਰਡਿੰਗ ਤੁਹਾਡੇ ਬਾਇਓਮੈਟ੍ਰਿਕ ਅਤੇ ਤੁਹਾਡੀ ਫਾਈਲ ਸਬਮਿਸ਼ਨ ਜੋ ਹੈ ਉਹ ਹਰੇਕ ਥਾਂ ਹੋ ਰਹੀ ਹੈ। ਤੁਹਾਡੀ ਬਾਇਓਮੈਟ੍ਰਿਕ ਚੰਡੀਗੜ੍ਹ 'ਚ ਹੋ ਜਾਣੇ ਆ, ਜਲੰਧਰ ਹੋ ਜਾਣੇ ਆ, ਹਰੇਕ ਜਗ੍ਹਾ ਹੋ ਜਾਣੇ ਆ। ਅਤੇ ਜਿਹੜੀ ਤੁਹਾਡੀ ਫਾਈਲ ਸਬਮਿਸ਼ਨ ਹੈ ਉਹ ਤੁਹਾਡੀ ਔਨਲਾਈਨ ਹੋ ਜਾਣੀ ਹੈ। ਉਸ ਤੋਂ ਬਾਅਦ ਪਾਸਪੋਰਟ ਜਿਹੜੇ ਰਿਕੁਐਸਟ ਆਉਣ ਤੋਂ ਬਾਅਦ ਤੁਹਾਡਾ ਪਾਸਪੋਰਟ ਸਬਮਿਟ ਹੋਣਾ ਹੈ, ਉਹ ਵੀ ਜਿਹੜੀ ਫਾਈਲ ਹੈ ਉਹ ਵੀ ਤੁਹਾਡੀ VFS ਸਬਮਿਟ ਹੋ ਜਾਣੀ ਹੈ। ਅਤੇ ਰਿਜ਼ਲਟ ਜਿਹੜੇ ਆ ਔਨਲਾਈਨ ਆਉਂਦੇ ਆ। ਹੁਣ ਰਹਿ ਗਈ ਗੱਲ ਸਿਰਫ ਸਟਿੱਕਰ ਲੱਗਣ ਦੀ। ਸਟਿੱਕਰ ਜਿਹੜਾ ਚੰਡੀਗੜ੍ਹ 'ਚ ਲੱਗ ਰਿਹਾ ਸੀਗਾ ਉਹ ਹੁਣ ਦਿੱਲੀ 'ਚ ਲੱਗਣਾ। ਬਸ ਉਹਦੇ 'ਚ ਥੋੜ੍ਹਾ ਟਾਈਮ ਜਿਹੜਾ ਪ੍ਰੋਸੈਸ ਉਹ ਵੱਧ ਸਕਦਾ, ਬਾਕੀ ਕਿਸੇ ਵੀ ਪ੍ਰੋਸੈਸ 'ਤੇ ਕੋਈ ਵੀ ਫਰਕ ਨਹੀਂ ਪੈਣ ਵਾਲਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਫੀ ਕੌਂਸਲੇਟ ਜਿਹੜੀਆਂ ਨੇ ਉਹ ਕਲੋਜ਼ ਹੋ ਚੁੱਕੀਆਂ। ਇਹਦੇ ਕਰਕੇ ਕਈਆਂ ਨੂੰ ਲੱਗ ਰਿਹਾ ਕਿ ਹੁਣ ਜਿਹੜੇ ਆ ਰਿਜ਼ਲਟ 'ਤੇ ਇਫੈਕਟ ਪੈ ਸਕਦਾ, ਰਿਜ਼ਲਟ ਜਿਹੜੇ ਆ ਲੇਟ ਆਉਣਗੇ, ਰਿਜ਼ਲਟ ਚੰਗੇ ਨਹੀਂ ਆਉਣਗੇ, ਰਸ਼ ਜ਼ਿਆਦਾ ਹੋ ਜਾਏਗਾ, ਐਵੇਂ ਕੁਛ ਨਹੀਂ। ਤੁਸੀਂ ਦੇਖਿਆ ਹੋਏਗਾ ਜੋ ਵੀਜ਼ਾ ਦੀ ਈਮੇਲਸ ਆਉਂਦੀਆਂ ਨੇ ਜਾਂ ਫਿਰ ਰਿਫਿਊਜ਼ਲ ਦੀਆਂ ਈਮੇਲ ਜਿਹੜੀਆਂ ਆਉਂਦੀਆਂ ਨੇ ਜਦੋਂ ਪੋਰਟਲ 'ਤੇ ਕੋਈ ਵੀ ਅਪਡੇਟ ਆਉਂਦੀ ਹੈ, ਉਹ ਮੈਕਸੀਮਮ ਜਿਹੜੀਆਂ ਨੇ ਉਹ ਰਾਤ ਨੂੰ ਆਉਂਦੀਆਂ ਨੇ, ਦਿਨੇ ਕੋਈ ਮੇਲ ਨਹੀਂ ਆਉਂਦੀ। ਇਹਦਾ ਮਤਲਬ ਸਾਫ ਹੈ ਕਿ ਉਹ ਐਪਲੀਕੇਸ਼ਨ ਜਿਹੜੀ ਹੈ ਕੈਨੇਡਾ 'ਚ ਚੈੱਕ ਹੋ ਰਹੀ ਹੈ, ਇੰਡੀਆ 'ਚ ਚੈੱਕ ਨਹੀਂ ਹੋ ਰਹੀ। ਕਿਉਂਕਿ ਤੁਸੀਂ ਕਦੀ ਵੀ ਮੇਲ ਦੇਖੋਗੇ ਦਿਨੇ ਨਹੀਂ ਆਈ ਹੁੰਦੀ, ਉਹ ਰਾਤ ਨੂੰ ਹੀ ਆਈ ਹੁੰਦੀ ਹੈ, ਅਤੇ ਐਪਲੀਕੇਸ਼ਨ ਦਾ ਜਿਹੜਾ ਰਿਜ਼ਲਟ ਹੈ ਉਹ ਰਾਤ ਨੂੰ ਹੀ ਆ ਰਿਹਾ। ਇਹਦਾ ਮਤਲਬ ਸਾਫ ਹੈ ਕਿ ਵੀਜ਼ਾ ਅਫਸਰ ਕੈਨੇਡਾ 'ਚ ਬੈਠੇ ਹੋਏ ਨੇ ਜਾਂ ਫਿਰ ਕਿਤੇ ਹੋਰ ਏਰੀਆ 'ਚ ਵੀ ਭਾਵੇਂ ਬੈਠੇ ਹੋਏ ਨੇ, ਐਪਲੀਕੇਸ਼ਨ ਜਿਹੜੀਆਂ ਨੇ ਇੰਡੀਆ 'ਚ ਚੈੱਕ ਨਹੀਂ ਹੋ ਰਹੀਆਂ। ਔਨਲਾਈਨ ਚੈੱਕ ਤੁਹਾਡੀ ਕਿਤੇ ਵੀ ਹੋ ਸਕਦੀ ਹੈ। ਇਸ ਕਰਕੇ ਜੇ ਇੰਡੀਆ ਵਿੱਚ ਵੀਜ਼ਾ ਅਫਸਰ ਨਹੀਂ ਪੂਰੇ ਹੈਗੇ, ਘੱਟ ਨੇ, ਉਹਨਾਂ ਦੇ ਜਿਹੜੇ ਰਾਜਦੂਤ ਘੱਟ ਨੇ, ਉਹਦੇ ਕਰਕੇ ਵੀਜ਼ਾ 'ਤੇ ਕੋਈ ਇਫੈਕਟ ਨਹੀਂ ਪੈਣ ਵਾਲਾ। ਇਹ ਤੁਹਾਡਾ ਸੇਮ ਉਹੀ ਰਹਿਣ ਵਾਲਾ ਹੈ ਜੋ ਤੁਸੀਂ ਫਾਈਲ ਸਬਮਿਟ ਕਰ ਰਹੇ ਹੋ, ਤੁਹਾਡੀ ਔਨਲਾਈਨ ਹੀ ਲੱਗਣੀ ਹੈ, ਔਨਲਾਈਨ ਹੀ ਤੁਹਾਡਾ ਰਿਜ਼ਲਟ ਆਉਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਹੈ ਫਾਈਲ ਸਬਮਿਟ ਕਰਨੀ ਹੈ ਪਾਸਪੋਰਟ ਰਿਕੁਐਸਟ ਦੇ ਨਾਲ। ਉਹਦੇ 'ਚ ਸਿਰਫ ਤੁਹਾਡਾ ਪਾਸਪੋਰਟ ਅਤੇ ਪਾਸਪੋਰਟ ਸਬਮਿਸ਼ਨ ਲੈਟਰ ਜਿਹੜਾ ਹੁੰਦਾ ਜਿਹੜਾ ਉਹ ਤੁਹਾਡਾ ਜਾਂਦਾ, ਉਹ ਜਿਹੜਾ ਤੁਹਾਡਾ VFS ਸਬਮਿਟ ਹੋ ਜਾਣਾ। ਭਾਵੇਂ ਜਲੰਧਰ ਕਰੋ ਤੁਸੀਂ, ਭਾਵੇਂ ਚੰਡੀਗੜ੍ਹ ਕਰੋ, ਭਾਵੇਂ ਤੁਸੀਂ ਕਿਸੇ ਹੋਰ ਏਰੀਆ ਬੈਂਗਲੁਰੂ ਜਾਂ ਮੁੰਬਈ ਆ ਉੱਥੇ ਤੁਸੀਂ ਸਬਮਿਟ ਕਰੋ, ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਣ ਵਾਲੀ। ਤੁਹਾਡੀ ਉਹ ਫਾਈਲ ਜਿਹੜੀ ਹੈ ਕੰਟੀਨਿਊ ਉਵੇਂ ਹੀ ਪ੍ਰੋਸੈਸ ਚੱਲੇਗੀ। ਅਤੇ ਜਿਹੜਾ ਸਟਿੱਕਰ ਹੈ ਉਹ ਹੋ ਸਕਦਾ ਕਿ ਤੁਹਾਡਾ ਜਿਹੜਾ ਥੋੜ੍ਹਾ ਡਿਲੇ ਹੋਵੇ ਲੱਗਣ ਦੇ ਵਿੱਚ, ਕਿਉਂਕਿ ਹੁਣ ਜਿਹੜਾ ਨੋਰਮਲ ਸੀਗਾ ਤੁਸੀਂ ਪਾਸਪੋਰਟ ਭੇਜਦੇ ਸੀ ਉਹ ਹਫ਼ਤੇ 10 ਦਿਨ ਵਿੱਚ ਤੁਹਾਡਾ ਸਟਿੱਕਰ ਲੱਗ ਕੇ ਆ ਜਾਂਦਾ ਸੀ। ਹੁਣ ਕੀ ਹੋ ਸਕਦਾ ਕਿ ਤੁਹਾਡਾ ਜਿਹੜਾ ਸਟਿੱਕਰ ਹੈ ਉਹ 10 ਦਿਨ ਦੀ ਜਗ੍ਹਾ 30 ਦਿਨ ਵੀ ਲੱਗ ਸਕਦੇ ਆ, 20 ਦਿਨ ਵੀ ਲੱਗ ਸਕਦੇ ਆ। ਨੋਰਮਲ ਹੈ, ਡਿਪੈਂਡ ਕਰੇਗਾ ਰਸ਼ 'ਤੇ ਕਿ ਰਸ਼ ਕਿੰਨਾ ਹੈ। ਅਤੇ ਇਹਦੇ 'ਚ ਇਹ ਨਹੀਂ ਹੋਣ ਵਾਲਾ ਕਿ ਉਹਦੇ 'ਚ ਕੋਈ ਰਿਜੈਕਸ਼ਨ ਆਉਣ ਵਾਲੀ, ਕਿਉਂਕਿ ਰਿਜ਼ਲਟ ਤਾਂ ਆਲਰੇਡੀ ਆ ਚੁੱਕਿਆ ਹੋਏਗਾ। ਤੁਸੀਂ ਭੇਜ ਦਿੱਤਾ, ਉਦੋਂ ਬਾਅਦ ਅੰਬੈਸੀ ਨੇ ਉਹਦੇ 'ਤੇ ਭਾਵੇਂ 20 ਦਿਨ ਲਾਏ, ਭਾਵੇਂ 30 ਦਿਨ ਲਾਉਣ, ਭਾਵੇਂ 40 ਦਿਨ ਲਾਉਣ, ਉਹ ਸਟਿੱਕਰ ਲੱਗ ਕੇ ਆਉਣਾ ਹੀ ਆਉਣਾ। ਉਹ ਲੱਗ ਕੇ ਤੁਹਾਡੇ ਕੋਲ ਮਿਲ ਜਾਣਾ। ਬਟ ਉਸ ਤੋਂ ਬਾਅਦ ਤੁਸੀਂ ਜਿਹੜੀ ਫਲਾਈਟ ਲੈਣੀ ਹੈ, ਫਲਾਈਟ ਹੈ ਕਿ ਜਿੰਨਾ ਚਿਰ ਤੁਹਾਡੇ ਸਟਿੱਕਰ ਨਹੀਂ ਆਉਂਦੇ ਉਹਨਾਂ ਚਿਰ ਆਪਣੀ ਫਲਾਈਟ ਬੁੱਕ ਨਾ ਕਰੋ। ਵੀਜ਼ਾ 'ਤੇ ਕੋਈ ਵੀ ਇਹਦਾ ਇਫੈਕਟ ਨਹੀਂ ਹੈ, ਰਿਜ਼ਲਟ 'ਤੇ ਕੋਈ ਵੀ ਇਫੈਕਟ ਨਹੀਂ ਹੈ, ਰਿਜ਼ਲਟਸ ਉਵੇਂ ਹੀ ਆਉਣਗੇ। ਹਾਂ, ਇੱਕ ਇੱਥੇ ਬੈਨੀਫਿਟ ਵੀ ਤੁਹਾਨੂੰ ਮਿਲ ਸਕਦਾ, ਉਹ ਇਹ ਹੈ ਕਿ ਕਾਫੀ ਵਾਰੀ ਐਵੇਂ ਹੁੰਦਾ ਜਦੋਂ ਕਿਸੇ ਚੀਜ਼ ਦਾ ਰੋਲਾ ਹੁੰਦਾ ਤਾਂ ਕਾਫੀ ਲੋਕ ਕਰਦੇ ਆ, ਅਪਲਾਈ ਕਰਨ ਤੋਂ ਗੁਰੇਜ਼ ਕਰਦੇ ਨੇ, ਅਪਲਾਈ ਨਹੀਂ ਕਰਦੇ। ਉਹਦੇ ਕਰਕੇ ਜਦੋਂ ਨੰਬਰ ਆਫ ਐਪਲੀਕੇਸ਼ਨ ਨੇ ਉਹ ਥੋੜ੍ਹੀਆਂ ਘੱਟ ਜਾਂਦੀ ਹੈ, ਅਤੇ ਨੰਬਰ ਆਫ ਐਪਲੀਕੇਸ਼ਨ ਜਦੋਂ ਘੱਟ ਜਾਣ ਫਿਰ ਉੱਥੇ ਚਾਂਸ ਹੁੰਦੇ ਆ ਕਿ ਤੁਹਾਡੇ ਵੀਜ਼ਾ ਦੇ ਰਿਜ਼ਲਟ ਵੱਧ ਜਾਣ। ਉਹਦਾ ਕਾਰਨ ਇੱਕੋ ਹੀ ਹੈ ਕਿ ਜਦੋਂ ਐਪਲੀਕੇਸ਼ਨ ਘੱਟ ਜਾ ਰਹੀ ਹੈ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਉਹ ਫੁੱਲ ਨਹੀਂ ਹੋ ਪਾ ਰਹੀ, ਉਸ ਕੇਸ 'ਚ ਜਿਹੜੀਆਂ ਵੀਕ ਐਪਲੀਕੇਸ਼ਨ ਨੇ ਉਹਨਾਂ ਨੂੰ ਵੀ ਵੀਜ਼ਾ ਮਿਲਦੇ ਚਾਂਸ ਹੋ ਜਾਂਦੇ, ਕਿਉਂਕਿ ਉਹਨਾਂ ਨੂੰ ਟੂਰਿਸਟ ਚਾਹੀਦਾ। ਟੂਰਿਸਟ ਨਹੀਂ ਜਾਏਗਾ, ਉਹਨਾਂ ਦੇ ਰਿਵੈਨਿਊ 'ਤੇ ਇਫੈਕਟ ਪਏਗਾ, ਉਹਨਾਂ ਨੇ ਜਿਹੜੇ ਟੈਕਸ ਕਲੈਕਟ ਕਰਨੇ ਆ ਟੂਰਿਜ਼ਮ ਦੇ ਉਹ ਉਹਨਾਂ ਦੇ ਘੱਟ ਜਾਣਗੇ, ਕੰਟਰੀ ਦੀ ਇਕਨੋਮਿਕ ਕੰਡੀਸ਼ਨ 'ਤੇ ਵੀ ਇਫੈਕਟ ਪੈਂਦਾ। ਅਤੇ ਕੈਨੇਡਾ ਨੂੰ ਇਸ ਚੀਜ਼ ਦਾ ਇਫੈਕਟ ਪੈਂਦਾ,
ਉਹਨਾਂ ਨੂੰ ਚਾਹੀਦਾ ਹੈ, ਇਸ ਕਰਕੇ ਉਹਨਾਂ ਨੇ ਵੀਜ਼ਾ ਦੇਣੇ ਆ। ਜਦੋਂ ਨੰਬਰ ਆਫ ਐਪਲੀਕੇਸ਼ਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਰਿਫਿਊਜ਼ਲ ਰੇਟ ਵੱਧਦਾ ਹੈ, ਤਾਂ ਜਦੋਂ ਨੰਬਰ ਆਫ ਐਪਲੀਕੇਸ਼ਨ ਘੱਟ ਜਾਂਦੀ ਹੈ ਤਾਂ ਅੱਗੋਂ ਰਿਕੁਆਇਰਮੈਂਟ ਪੂਰੀ ਹੈ, ਉਸ ਕੇਸ 'ਚ ਵੀਜ਼ਾ ਰਿਜ਼ਲਟ ਵਧਣ ਦੇ ਪੂਰੇ ਚਾਂਸ ਨੇ। ਇਸ ਕਰਕੇ ਇਸ ਚੀਜ਼ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ, ਜੇ ਤੁਹਾਡੀ ਪਹਿਲਾਂ ਰਿਫਿਊਜ਼ਲ ਵੀ ਹੈ ਦੈਨ ਵੀ ਅਪਲਾਈ ਕਰ ਸਕਦੇ ਹੋ, ਅਤੇ ਜੇ ਤੁਸੀਂ ਫਸਟ ਟਾਈਮ ਅਪਲਾਈ ਕਰਨ ਜਾ ਰਹੇ ਹੋ ਤਾਂ ਵੀ ਅਪਲਾਈ ਕਰ ਸਕਦੇ ਹੋ, ਬਟ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੋਣੀ ਚਾਹੀਦੀ। ਜੇ ਪ੍ਰੋਫਾਈਲ ਐਲੀਜੀਬਲ ਹੈ ਤੁਹਾਨੂੰ ਜ਼ਰੂਰ ਅਪਲਾਈ ਕਰਨਾ ਚਾਹੀਦਾ। ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।